ਅੱਜ ਦੁਨੀਆ ਦੀ ਸਭ ਤੋਂ ਮੰਦਭਾਗੀ ਘਟਨਾ ਜਿਹੜੀ ਹੈ ਪੰਚਾਇਤੀ ਗੁਰਦੁਆਰਾ ਸਾਹਿਬ ਵਿਖੇ ਵਾਪਰੀ ਹੈ। ਸਮਾਂ ਕਰੀਬ 2:15 ਦਾ ਸੀ, ਜੋ ਸ਼ਾਰਟ ਸਰਕਟ ਦੇ ਨਾਲ ਗੁਰਦੁਆਰਾ ਸਾਹਿਬ ਦੇ ਸੁੱਖ ਆਸਣ ਵਾਲੇ ਕਮਰੇ 'ਚ ਅੱਗ ਲੱਗ ਗਈ ਹੈ। 2:19 ਦੇ ਅਸੀਂ ਗੁਰਦੁਆਰਾ ਸਾਹਿਬ 'ਚ ਸਾਰੀ ਸਾਧ ਸੰਗਤ ਦੀ ਲਾਗੇ 'ਚ ਅੱਗੇ ਦੇ ਜਿੰਨੇ ਵੀ ਹੈਗੇ ਗੁਰਦੁਆਰਾ ਸਾਹਿਬ ਪਹੁੰਚ ਗਏ ਆ। 2:20 ਦੇ ਕਰੀਬ ਅੰਦਰ ਪਹਿਲਾ ਦੁਆਰ ਤੋੜ ਕੇ ਇੱਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਪ੍ਰਕਾਸ਼ ਸੀ ਸੱਚੇ ਪਾਤਸ਼ਾਹ ਜੀ ਦਾ, ਉਹ ਸਹੀ ਸਰੂਪ ਵਿੱਚ ਉਹਨਾਂ ਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਿਆ, ਉਹ ਦਾਸ ਨੇ ਬਾਹਰ ਕੱਢ ਕੇ ਲਿਆਂਦਾ। ਮਗਰੋਂ ਸਾਰਾ ਇਸ ਪਿੰਡ ਜਿਹੜਾ ਇਕੱਠਾ ਹੋ ਗਿਆ, ਇਹ ਇੰਨਾ ਕੰਮ ਫਾਇਰ ਬ੍ਰਿਗੇਡ ਨਹੀਂ ਕਰ ਸਕਦਾ ਸੀ, ਜਿਹੜਾ 20 ਮਿੰਟਾਂ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਅੱਗ ਬੁਝਾ ਦਿੱਤੀ ਗਈ। ਇਹ ਕਰਕੇ ਸਾਰੇ ਪਿੰਡ ਦਾ ਜਿਹੜਾ ਹਿਰਦਾ ਬਹੁਤ ਵਲੁੰਦਰਾ, ਜਿਹੜੇ ਗੁਰੂ ਸਿੱਖ ਇਤਿਹਾਸ ਨੂੰ ਮੰਨਦੇ ਸੀ ਉਹ ਵੀ ਸੀ, ਜਿਹੜੇ ਹਿੰਦੂ ਹਰ ਇੱਕ ਧਰਮ ਦਾ ਹੀ ਬੰਦਾ ਅੱਜ ਗੁਰਦੁਆਰਾ ਸਾਹਿਬ ਵਿਖੇ ਇਕੱਠੇ ਹੋ ਗਏ ਸੇਵਾ ਕੀਤੀ। ਪੰਜਾਬ ਕੇ ਸਰਹੱਦੀ ਸ਼ਹਿਰ ਅਟਾਰੀ ਸੇ ਬੇਹੱਦ ਦੁਖਦਾਇਕ ਖਬਰ ਹੈ। ਅਟਾਰੀ ਕੇ ਪੰਚਾਇਤੀ ਗੁਰੂਦੁਆਰਾ ਸਾਹਿਬ ਮੇਂ ਬਿਜਲੀ ਕੇ ਸ਼ੋਰਟ ਸਰਕਿਟ ਸੇ ਆਗ ਲੱਗ ਗਈ। ਆਗ ਕੀ ਚਪੇਟ ਮੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ 5 ਪਵਿੱਤਰ ਸਵਰੂਪ ਜਲ ਗਏ। ਸਿੱਖ ਸਮੁਦਾਇ ਬੇਹੱਦ ਸਦਮੇ ਮੇਂ ਡੂਬਾ ਹੈ। ਇਸ ਮੌਕੇ ਪਰ ਪਹੁੰਚੀ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਕੀ ਟੀਮ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਕੇ 5 ਪਵਿੱਤਰ ਸਵਰੂਪੋਂ ਕੋ ਅਗਨੀ ਅਰਪਿਤ ਕੀ ਔਰ ਏਕ ਵਿਸ਼ੇਸ਼ ਬੱਸ ਸੇ ਗੋਇੰਦਵਾਲ ਸਾਹਿਬ ਕੇ ਲੀਏ ਰਵਾਨਾ ਕੀਆ। ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਕੇ ਅਧਿਅਕਸ਼ ਨੇ ਅੰਮ੍ਰਿਤਸਰ ਕੇ ਅਟਾਰੀ ਮੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਕੇ ਜਲ ਜਾਣੇ ਪਰ ਗਹਿਰਾ ਦੁੱਖ ਜਤਾਇਆ ਹੈ। ਗੁਰੂਦੁਆਰਾ ਸਾਹਿਬ ਪੰਚਾਇਤ ਘਰ ਅਟਾਰੀ ਮੇਂ ਘਟਨਾ ਕੀ ਜਾਣਕਾਰੀ ਮਿਲਨੇ ਕੇ ਬਾਅਦ ਸ਼੍ਰੋਮਣੀ ਕਮੇਟੀ ਨੇ ਗੁਰੂਦੁਆਰਾ ਸਤਲਾਨੀ ਸਾਹਿਬ ਪ੍ਰਬੰਧਕ ਔਰ ਪ੍ਰਚਾਰਕ ਸਿੰਘ ਕੋ ਮੌਕੇ ਪਰ ਭੇਜਾ ਹੈ, ਜੋ ਮਾਮਲੇ ਪਰ ਵਿਸਤ੍ਰਿਤ ਰਿਪੋਰਟ ਦੇਂਗੇ। ਇਸ ਮੌਕੇ ਪਰ ਸਿੱਖ ਸੰਗਠਨ ਕੇ ਨੇਤਾ ਨੇ ਕਿਹਾ ਕਿ ਗੁਰੂਦੁਆਰਾ ਸਾਹਿਬੋਂ ਮੇਂ ਆਗ ਲਗਨੇ ਕੀ ਘਟਨਾਏ ਪ੍ਰਬੰਧਕੋ ਕੀ ਲਾਪਰਵਾਹੀ ਕੇ ਕਾਰਨ ਹੋਤੀ ਹੈ। ਮੌਕੇ ਪਰ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ, ਗੁਰੂ ਪਿਆਰੇ, ਗੁਰੂ ਸਾਰੇ ਖਾਲਸਾ ਜੀ, ਆਪਾਂ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦੇ ਹਾਂ, ਪਿੰਡ ਅਟਾਰੀ ਸ਼ਹਿਰ ਅੰਮ੍ਰਿਤਸਰ ਸਾਹਿਬ ਦੇ ਵਿੱਚ ਅੱਜ ਦੁਪਹਿਰ 2 ਵਜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ 5 ਸਰੂਪ, ਜਿਹੜਾ ਬੱਤੀ ਜਿਹੜੀ ਹੈ ਕੱਟ ਲੱਗਣ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਦੇ ਸਰੂਪਾਂ ਦੀ ਨਿਰਾਦਰੀ ਹੋਈ, ਬੇਅਦਬੀ ਹੋਈ। ਸੋ ਬਹੁਤ ਘੋਰ ਨਿਰਾਦਰੀ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ। ਪਹਿਲਾਂ ਵੀ ਬੜੀ ਵਾਰੀ ਕਿਹਾ ਹੈ ਕਿ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਜਿੱਥੇ ਵੀ ਬੇਅਦਬੀ ਹੁੰਦੀ ਹੈ ਉਹਨੂੰ ਸੋਧ ਦਿਆ ਕਰੋ,
ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹੁਕਮ ਆਪਾਂ ਚੇਤੇ ਕਰੀਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰ ਕੀ ਨਿੰਦਾ ਸੁਣੈ ਨਾ ਕਾਨ, ਭੇਟਾ ਸੰਗ ਕਰੈ ਕਿਰਪਾਨ। ਉਹਨੂੰ ਕਿਰਪਾਨ ਦੀ ਭੇਟ ਚਾੜਿਆ ਕਰੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਿਰਧੀ ਹੋਈ, ਸਾਰੇ ਜਥੇਬੰਦੀਆਂ ਸਿੰਘ ਇਕੱਤਰ ਹੋਏ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਵਰੂਪ ਸੁਖ ਆਸਣ ਸਾਹਿਬ ਕਰਕੇ ਸ੍ਰੀ ਗੋਇੰਦਵਾਲ ਸਾਹਿਬ ਨੂੰ ਚਾਲੇ ਪਵਾ ਦਿੱਤੇ ਹੁਣ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਅਟਾਰੀ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਹੈ, ਜਿਹਨੂੰ ਪੰਚਾਇਤੀ ਗੁਰਦੁਆਰਾ ਸਾਹਿਬ ਕਿਹਾ ਜਾਂਦਾ ਹੈ, ਜਿੱਥੇ ਬਿਜਲੀ ਦੇ ਸ਼ਾਰਟ ਸਰਕਟ ਕਰਕੇ ਅੱਜ ਦੁਪਹਿਰੋਂ ਬਾਅਦ 'ਚ ਇਹ ਪਾਵਨ ਸਰੂਪ ਸਾਹਿਬ ਦੀ ਅਗਨ ਭੇਟ ਦੀ ਘਟਨਾ ਵਰਤੀ ਹੈ, ਜਿਹੜੀ ਮੌਕੇ 'ਤੇ ਪ੍ਰਚਾਰਕ ਸਾਹਿਬਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਲੱਗੀਆਂ ਡਿਊਟੀਆਂ ਦੇ ਅਨੁਸਾਰ ਗੁਰਦੁਆਰਾ ਸਤਲਾਣੀ ਸਾਹਿਬ ਦੇ ਮੈਨੇਜਰ ਸਾਹਿਬ ਮੌਕੇ 'ਤੇ ਪਹੁੰਚੇ, ਹਲਕੇ ਦੇ ਪ੍ਰਚਾਰਕ ਸਾਹਿਬਾਨ ਪਹੁੰਚੇ, ਉਚੇਚੇ ਤੌਰ 'ਤੇ ਪਾਲਕੀ ਸਾਹਿਬ ਲੈ ਕੇ ਗੁਰਦੁਆਰਾ ਰਾਮਸਰ ਸਾਹਿਬ ਤੋਂ ਸਮੁੱਚੀ ਟੀਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸਾਹਿਬ ਇੰਚਾਰਜ ਸਾਹਿਬ ਹੁਣੀ ਇੱਥੇ ਪਹੁੰਚੇ ਨੇ, ਜਿੱਥੇ ਇਹ ਪਰਿਵਾਰ ਵੱਲੋਂ ਖਾਸ ਕਰਕੇ ਜਿਹੜੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਅਤੇ ਪ੍ਰਬੰਧਕ, ਜਿਨ੍ਹਾਂ ਦੀ ਵੱਡੀ ਅਣਗਹਿਲੀ ਕਰਕੇ ਇਹ ਵੱਡੀ ਬੇਅਦਬੀ ਹੋਈ ਹੈ। ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਹਮੇਸ਼ਾ ਹੀ ਇਹ ਸੰਦੇਸ਼ ਦਿੱਤਾ ਜਾਂਦਾ ਰਿਹਾ ਹੈ ਕਿ ਜਿਹੜੀ ਬਿਜਲੀ ਦੇ ਉਪਕਰਨ ਨੇ ਆਪਣੀ ਹਾਜ਼ਰੀ ਵਿੱਚ ਲਾਏ ਜਾਣ, ਇਸ ਤੋਂ ਇਲਾਵਾ ਅੱਗ ਬੁਝਾਊ ਯੰਤਰ ਲਾਏ ਜਾਣ, ਨਾਲ ਹੀ ਯਤਨ ਕੀਤਾ ਜਾਵੇ ਕਿ ਹਮੇਸ਼ਾ ਗੁਰੂ ਮਹਾਰਾਜ ਦੀ ਸੇਵਾ ਦੇ ਵਿੱਚ ਕੋਈ ਨਾ ਕੋਈ ਸਿੰਘ ਹਾਜ਼ਰ ਰਹੇ। ਕੀ ਮਾਮਲਾ ਸੀਗਾ ਤੇ ਕੀ ਕੰਪਲੇਂਟ ਦਿੱਤੀ ਗਈ ਸ਼੍ਰੋਮਣੀ ਕਮੇਟੀ? ਇਹਨਾਂ ਵੱਲੋਂ ਇੱਕ ਕੰਪਲੇਂਟ ਕੀਤੀ ਗਈ ਕਿ ਅੱਜ ਅਟਾਰੀ ਵਿਖੇ ਇੱਕ ਪੰਚਾਇਤੀ ਸਾਹਿਬ ਗੁਰਦੁਆਰਾ ਵਾ, ਜਿੱਥੇ ਸ਼ਾਰਟ ਸਰਕਟ ਹੋਣ ਨਾਲ ਗੁਰੂ ਮਹਾਰਾਜ ਦੇ ਪਾਵਨ ਸਰੂਪ ਪ੍ਰਗਟ ਹੋਏ ਨੇ, ਜੋ ਦਰਖਾਸਤ ਤੇ ਜੋ ਬਣਦੀ ਕਾਰਵਾਈ ਆ, ਜੋ ਸ਼ਾਰਟ ਸਰਕਟ ਹੋਣ ਕਰਕੇ ਉਹਦੀ ਬਣਦੀ ਕਾਰਵਾਈ ਕਰ ਦਿੱਤੀ ਗਈ ਆ। ਆਉਣ ਵਾਲੇ ਸਮੇਂ 'ਚ ਜੇ ਕਿਸੇ